ਇਹ ਹੁਣ ਮੈਂ ਬਸ ਇੱਕ ਵਾਰ ਸੁਨੇਹਾ ਦੇਣਾ ਸੀ, ਇੱਕ ਕਮਲ ਕੌਰ ਆ ਕੁੜੀ, ਉਹ ਵੀ ਬਹੁਤ ਗੰਦ ਪਾਉਂਦੀ ਆ, ਜੇ ਨਾ ਹਟੇ ਇਹਨਾਂ ਤੋਂ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ, ਕਿਉਂਕਿ ਦੇਖੋ ਜੇ ਸਾਡੀ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇਹਨਾਂ ਕਰਕੇ, ਠੀਕ ਹੈ, ਪੰਜਾਬ ਦੇ ਜਵਾਕ ਖਰਾਬ ਹੋ ਰਹੇ ਇਹਨਾਂ ਕਰਕੇ, ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ, ਕੋਈ ਤੂਫਾਨ ਨਹੀਂ ਆਉਣ ਲੱਗਿਆ, ਤੇ ਇਹਨਾਂ ਚੋਂ ਕਿਸੇ ਦਾ ਹੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦ ਕਰਨਗੇ ਹੀ, ਉਦੋਂ ਚੰਗਾ ਪਹਿਲਾਂ ਹੀ ਹਟ ਜਾਣ। ਅਰਸ਼ ਡਾਲਾ ਦੇ ਵੱਲੋਂ ਹੁਣ ਕਮਲ ਕੌਰ ਨੂੰ ਵੀ ਧਮਕੀ ਦਿੱਤੀ ਗਈ ਹੈ, ਤਾਂ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਆਪਣੀ ਵੀਡੀਓਜ਼ ਨੂੰ ਲੈ ਕੇ ਚਰਚਿਤ ਕਮਲ ਕੌਰ ਨੂੰ ਵੀ ਅੱਤਵਾਦੀ ਅਰਸ਼ ਡਾਲਾ ਨੇ ਹੁਣ ਧਮਕੀ ਦਿੱਤੀ ਹੈ, ਤੇ ਨਾਲ ਹੀ ਕਿਹਾ ਹੈ ਕਿ ਟੱਬਰ ਚੋਂ ਜੇਕਰ ਇੱਕ ਮਰ ਜਾਵੇ ਤਾਂ ਕੋਈ ਤੂਫਾਨ ਨਹੀਂ ਆਉਣ ਲੱਗਿਆ। ਤਾਂ ਦੱਸ ਦਈਏ ਕਿ ਇਸ ਸੰਬੰਧੀ ਉਸਦੀ ਇੱਕ ਆਡੀਓ ਜੋ ਕਿ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਪਹਿਲਾਂ ਤਾਂ ਉਸਨੇ ਕੁੱਲੜ ਪੀਜ਼ਾ ਕਪਲ ਨੂੰ ਧਮਕੀ ਦਿੱਤੀ, ਤੇ ਫਿਰ ਹੁਣ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਉਣ ਵਾਲੀ ਕਮਲ ਕੌਰ ਨੂੰ ਵੀ ਇਸ ਦੇ ਵੱਲੋਂ ਧਮਕੀ ਦਿੱਤੀ ਗਈ ਹੈ। ਤਾਂ ਇਸ ਦੇ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਕਮਲ ਕੌਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਗੰਦ ਪਾਇਆ ਹੋਇਆ, ਤਾਂ ਕੌਮ ਦਾ ਸਾਥ ਦੇਣ ਵਾਲਿਆਂ ਦਾ ਅਸੀਂ ਸਾਥ ਦੇਵਾਂਗੇ, ਪਰ ਅਜਿਹੇ ਲੋਕ ਜੇਕਰ ਵੀਡੀਓਜ਼ ਬਣਾਉਣੀ ਨਹੀਂ ਬੰਦ ਕਰਨਗੇ ਤਾਂ ਇਹਨਾਂ ਦੇ ਟੱਬਰ ਚੋਂ ਕਿਸੇ ਨਾ ਕਿਸੇ ਨੂੰ ਸਾਨੂੰ ਮਾਰਨਾ ਪੈ ਸਕਦਾ। ਤਾਂ ਸਿੱਧੀ ਚੇਤਾਵਨੀ ਇਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੂੰ ਦਿੱਤੀ ਗਈ ਹੈ ਜੋ ਕਿ ਵੀਡੀਓਜ਼ ਬਣਾਉਂਦੇ ਨੇ। ਤਾਂ ਦੱਸ ਦਈਏ ਕਿ ਇਸ ਆਡੀਓ ਦੀ ਨਿਊਜ਼ 18 ਪੁਸ਼ਟੀ ਨਹੀਂ ਕਰਦਾ, ਪਰ ਸੋਸ਼ਲ ਮੀਡੀਆ ਤੇ ਇਹ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਕੁੱਲੜ ਪੀਜ਼ਾ ਕਪਲ ਦੇ ਨਾਲ ਨਾਲ ਇਸ ਦੇ ਵੱਲੋਂ ਕਮਲ ਕੌਰ ਨੂੰ ਵੀ ਧਮਕੀ ਦਿੱਤੀ ਗਈ ਹੈ।